रोस करके इन्होंने अपना जो मेला लाया इतने प्रशासन ने ब्याज दी उ डीजे लगी जाते एक पास शहीद दिहाड़े चलते है टावर के उत्ते चढ़े हैं तो जाने का कोई रास्ता है नहीं जाले बैठे हैं हुण जिन्नी कर कोई बंद नहीं करता ये जिहड़ा मेला लाया इत्थे सरकार ने उन्नी कर थले नहीं उतरना गा ये मेला जिन्नी कर चलूगा उन्नी कर साडे दिल बहुत दुखी जांदे आ मेला ये बंद करना पैना जिहड़ा साडे इह सीने दे उत्ते तुसीं पेपर लाया ना SGPC ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਿੱਥੇ-ਜਿੱਥੇ ਵੀ ਸ਼ਹੀਦੀ ਜੋੜ ਮੇਲੇ ਹੋਣਗੇ ਉੱਥੇ ਮਿੱਠੇ ਤੋਂ ਵਰਜਿਆ ਜਾਵੇਗਾ ਤੇ ਵੱਡੀ ਗੱਲ ਇਹ ਵੀ ਕਹੀ ਗਈ ਸੀ ਤੇ ਬਿਲਕੁਲ ਵੀ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ ਗਾਣੇ ਨਹੀਂ ਚੱਲਣੇ ਚਾਹੀਦੇ ਤੇ ਵੱਡੀ ਗੱਲ ਤਾਂ ਇਹ ਹੈ ਕਿ ਵੱਡੇ ਦਿਨ ਚੱਲ ਰਹੇ ਨੇ ਤੇ SGPC ਨੇ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਉਸ ਦੇ ਬਾਵਜੂਦ ਅਜਿਹੇ ਦਿਨਾਂ ਦੇ ਵਿੱਚ ਕੁਝ ਟਰੱਸਟ ਅਜਿਹੀਆਂ ਨੇ ਜਿਨ੍ਹਾਂ ਦੇ ਵੱਲੋਂ ਕੁਝ ਮੇਲੇ ਔਰਗਨਾਈਜ਼ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਗਾਣੇ ਵੱਜ ਰਹੇ ਨੇ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਇੱਕ ਨਿਹੰਗ ਹੈ ਜਿਹੜਾ ਉਹ ਟਾਵਰ 'ਤੇ ਚੜ ਗਿਆ ਅਤੇ ਉਸਦੇ ਵੱਲੋਂ ਕਿਹਾ ਜਾ ਸਕਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਕਿ ਜਿਹੜੇ ਗਾਣੇ ਚੱਲ ਰਹੇ ਨੇ ਟਰੱਸਟ ਦੇ ਵੱਲੋਂ ਲਗਾਏ ਮੇਲੇ ਦੇ ਵਿੱਚ ਇਸ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਨਹੀਂ ਤਾਂ ਕੀ ਵਾਰਨਿੰਗ ਦਿੱਤੀ ਹੈ ਨਿਹੰਗ ਸਿੰਘ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘ ਚੜ੍ਹ ਗਿਆ ਆਪਣਾ ਟਾਵਰ 'ਤੇ ਰੋਸ ਕਰਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਬਿਆਜ ਦਿੱਤੀ ਉੱਥੇ ਡੀਜੇ ਲੱਗੀ ਜਾਂਦੇ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਆ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਚੜ੍ਹੇ ਹਾਂ ਤਾਂ ਜਾਣ ਦਾ ਕੋਈ ਰਸਤਾ ਹੈ ਨਹੀਂ ਜਾਲੇ ਬੈਠੇ ਹਾਂ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਨੇ ਕੁ ਥੱਲੇ ਨਹੀਂ ਉਤਰਨਾ ਗਾ ਮਹਾਰਾਜ ਕਿਰਪਾ ਕਰੇ ਬਸ ਡੋਲਣ ਨਾ ਦੇਵੇ ਮਹਾਰਾਜ ਸਿਰਕ ਤੋਂ ਅਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆ ਜੀ ਇਹਨਾਂ ਨੇ ਇਹ ਮੇਲਾ ਜਿੰਨੀ ਕਰ ਚੱਲੂਗਾ ਉਨੀ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ DJ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਨੇ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਉਹ ਫਿਰ ਅਸੀਂ ਹੁਣ ਜਾਂ ਤਾਂ ਸ਼ਹੀਦੀ ਪਾਵਾਂਗੇ ਅਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕੁ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਵਾਂਗੇ ਨਹੀਂ ਤਾਂ ਫਿਰ ਉੱਤੇ ਰੱਖਾਂਗੇ ਜਿੰਨੇ ਕੁ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾਇਆ ਨਾ ਇਹ ਅਸੀਂ ਲੱਗਣ ਨਹੀਂ ਦੇਣਾ ਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ 'ਤੇ ਚੜ੍ਹ ਗਿਆ ਮੇਰਾ ਭਰਾ ਇਹ ਸ਼ੇਅਰ ਕਰ ਦਿਓ ਹੈ ਨਾ ਤੁਹਾਨੂੰ ਹੋਰ ਕੁਛ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਅਤੇ ਜਿੰਨੇ ਚਿਰ ਇਹ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਗਈ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਨੇ ਕੁ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਬਸ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ ਅਤੇ ਜਿੰਨੇ ਚਿਰ ਬੰਦ ਨਹੀਂ ਹੁੰਦਾ ਹੈਗਾ ਇਹ ਨਹੀਂ ਵੀ ਉਹ ਮੈਨੂੰ ਥੱਲੇ ਉਮ ਲਾ ਲੈਣਗੇ ਇਹ ਸਰ ਅੱਜ ਇੱਕ ਨਿਹੰਗ ਸਾਹਿਬ ਆਪਣੇ ਟਾਵਰ ਦੇ ਉੱਪਰ ਚੜ੍ਹੇ ਨੇ ਕੀ ਮਾਮਲਾ ਕੀ ਹੋਈ ਸਰ ਇਹ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ BSNL ਟਾਵਰ ਮੋਗਾ ਵਿੱਚ ਦੁਸਹਿਰਾ ਪੁਰਾਣੇ ਦੁਸਹਿਰਾ ਗਰਾਊਂਡ 'ਤੇ ਕਰਮਜੀਤ ਸਿੰਘ ਸਨ ਆਫ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ ਇਹ ਚੜ੍ਹ ਗਿਆ ਉੱਪਰ ਚੜ੍ਹ ਗਿਆ ਇਹ ਕਹਿੰਦਾ ਵੀ ਪਰੂਮੈਂਟ ਟਰੱਸਟ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਪਰੂਮੈਂਟ ਟਰੱਸਟ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ DJ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਉੱਦਾਂ ਦੀਆਂ ਮੂਵਮੈਂਟ ਚੱਲ ਰਹੀ ਆ ਉਹ ਕਹਿੰਦੇ ਜੋ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਸੋਗ ਸਮਾਚਾਰ ਚੱਲ ਰਿਹਾ ਸੋਗ ਲਹਿਰ ਚੱਲ ਰਹੀ ਆ ਚਾਰ ਸਾਹਿਬਜ਼ਾਦੇ ਬਾਬਾ ਜੀ ਦੇ ਸ਼ਹੀਦ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਅਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਪਰੂਮੈਂਟ ਟਰੱਸਟ 'ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ ਨੀਚੇ ਆਊਂਗਾ ਪਰ ਅਸੀਂ DJ ਸਾਹਿਬ ਦੀ ਮਾਨਯੋਗ ਐਸਟੀ ਸਾਹਿਬ ਦੀ ਬਦੌਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਹਾਂ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਜਾ ਕੇ ਅਸੀਂ ਇਹਨਾਂ ਨੂੰ ਨੀਚੇ ਲੈ ਕੇ ਆਈਏ ਅਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮਾਨਯੋਗ ਐਸਟੀ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ ਅਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਮਤਲਬ ਸੱਭਿਆਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਸਾਰਾ ਚਲਾ ਰਹੇ ਹਾਂ ਉਸ ਤੋਂ ਬਾਅਦ ਇਹ ਜਾਣੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਹਾਂ ਮਾਨਯੋਗ ਐਸਟੀ ਸਾਹਿਬ ਨੇ ਇਹ ਹੁਕਮ ਦਿੱਤਾ ਮੋਗਾ ਤੋਂ ਸਰਬਜੀਤ ਰੋਲੀ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ